स्वागत है। बहुत बहुत स्वागत है पापा कहते बुलेट च। आंटी आंटी तू बड़ा आदत मजे लेनी है। पापा चल जाओ अंदर हम वीडियो बनाने दो, इन्नी तो बेइज्जती करती है। छोटे वीर सॉरी गलती हो गई, ਅਸੀਂ ਤੁਹਾਡੇ ਘਰੇ ਜੰਮੇ, ਗਲਤੀ ਹੋ ਗਈ ਭੈਣ। ਸਾਲਾ ਇੱਥੇ ਜੰਮੇ ਤਾਈਓ ਨਜ਼ਾਰੇ ਚ, ਕਿਸੇ ਹੋਰ ਦੇ ਜੰਮੇ ਉਹਨੇ ਉੱਥੇ ਨਜ਼ਾਰੇ ਨਹੀਂ ਸੀ ਹੁਣ। ਅੱਛਾ ਬਾਕੀ ਹੁਣ 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 ਮੈਂ ਸੀਰੀਅਸ ਹਾਂ। ਬਹੁਤ ਬਹੁਤ ਸਵਾਗਤ ਹੈ ਤੁਹਾਡਾ 0300 ਵਾਲੇ ਚੈਨਲ ਤੇ। ਸਵਾਗਤ ਹੈ ਸਾਡੇ ਚੈਨਲ ਤੇ। ਆਪਾਂ ਚੱਲੇ ਕੁੜਤਾ ਪ੍ਰੈਸ ਕਰਨ, ਬਲੌਗ ਦੀ ਸ਼ੁਰੂਆਤ ਇੱਥੋਂ ਹੋਣ ਦੀ ਆ। ਬਲੌਗ ਮੈਨੂੰ ਇਹ ਨਹੀਂ ਪਤਾ ਮੈਂ ਕੀ ਪਾਉਣਾ ਹੈ, ਬਸ ਪਹਿਲੋ ਚੱਲੇ ਹਾਂ ਕੁੜਤਾ ਪ੍ਰੈਸ ਕਰਾਉਣ। ਇਹ ਅੱਜ ਬਲੌਗ ਉਹ ਬਣਨ ਲੱਗਾ ਜਿਹੜਾ ਦੁਨੀਆ ਪਾਉਂਦੀ ਆ, ਡੇਲੀ ਬਲੌਗ। ਡੇਲੀ ਬਲੌਗ 'ਚ ਮੈਂ ਦੱਸਦਾ, ਬੁਲਟ ਚੱਕਣ ਨੂੰ ਗਿਆ ਸੀ ਤਾਂ ਇਹ 'ਤੇ ਚੱਲਾ, ਮੈਨੂੰ ਕਹਿੰਦਾ ਮੇਰੇ ਨਾਲ ਬੈਠ। ਹੁਣ ਮੈਂ ਆਪਣੇ ਯੋਧੇ ਵੀਰ ਦੇ ਨਾਲ ਬੈਠਣ ਲੱਗਾ, ਸੂਰਮਾ ਵੀਰ ਜਾਂਦਾ ਦੇਖੋ। ਆਹ ਪੈਸਾ ਬਹੁਤ ਦੁਨੀਆ ਪੁੱਛਦੀ ਕਿੱਥੋਂ ਆਉਂਦਾ, ਆਹ ਦੇ ਸਾਡਾ ਮਨੀ ਪਲਾਂਟ ਹੈ, ਗੇਟ 'ਚ ਹੀ ਪਿਆ ਪੈਸਾ ਸਾਰਾ, ਲੱਗਦਾ ਹੀ ਇਹਨੂੰ। ਮੈਂ ਹੁਣ ਵੀਡੀਓ ਬੰਦ ਨਹੀਂ ਕਰਨੀ, ਬਸ ਮੈਂ ਤੈਨੂੰ ਇੰਨਾ ਕਹਿਤਾ ਤੇਰੀ ਸਕੂਟਰੀ ਬਹਿ ਜਾਣੀ ਸਾਲਿਆ। ਨੱਤੀਆਂ ਦੇਖੋ ਮੇਰੇ ਵੀਰ ਦੀਆਂ ਕੱਡੀਆਂ ਕੱਡੀਆਂ, ਸਾਰਿਆਂ ਨੂੰ ਦਿਖਾ ਦੇ। ਆਹ ਕੀ ਦਿਖਾਵਾਂ, ਆਹ ਦੇ ਆਹ ਦੇ ਸਾਰੇ, ਰੋਕੀ ਰੋਕੀ ਰੋਕੀ, ਆਹ ਦੇਖੋ ਸਾਡੇ ਪਿੰਡ 'ਚ ਗੋਲੀਆਂ ਚਲਾ ਦੋ, ਕੁਝ ਕਰ ਦੋ, ਪਰ ਹੈ ਨਾ ਇਸ ਕੰਮ ਤੇ ਆ ਕੇ ਜੇ ਕਿਸੇ ਨੇ ਅਸ਼ਤੀਰ ਲਗਵਾਇਆ ਤਾਂ ਇਹ ਉਹਦੇ ਤੀਰ ਦੇ ਮਾਰਦੇ ਆ ਸਿੱਧਾ। ਮਨਾ ਹੈ ਯਾਰ, ਗੱਲ ਇਹ ਮੁੱਕਦੀ ਆ ਕਿ ਅਸ਼ਤੀਰ ਲਗਾਉਣਾ ਮਨਾ ਹੈ। ਬਾਕੀ ਸਕੂਟਰੀ ਗੈਂਗ ਨਿਕਲ ਚੁੱਕੀ ਆਪਣੇ। ਹੈਲੋ ਬਾਬੇ, चलो ठीक है, चाचे घरे आया, बाद च मिलदे आ। मेरा सूरमा वीर देखो ये जचदा ही बहुत है, ਹੁਣ ਕੁੜੀਆਂ ਵੀ ਕਹਿਣ ਪੁੱਤ ਜੱਚਦਾ ਬੜਾ, ਮੁੰਡੇ ਬੈਡਰ ਦੇ ਮਾਲ ਵਾਂਗੂ ਜਮਾ ਹੀ ਖਿਰ ਰਿਹਾ। ਗੱਡੀ ਲੈਣ ਵਿੱਚ ਚੱਲੇ ਹੁੰਦਾ ਯਾਰ, ਮੇਨ ਮੁੰਡਾ ਨੱਬੇ ਦੇ ਜਾਂ ਮੇ ਦੇ ਵਾਂਗੂ, ਏਰੀਏ 'ਚੋਂ ਬੈਨ, ਏਰੀਏ 'ਚੋਂ ਤਾਂ ਬੈਨ ਹੋਣਾ ਹੀ ਆ। ਸਾਲਾ ਸਕੂਟਰੀ ਦਾ ਏਡਾ ਦੂਤ ਨਿਕਲ ਆਉਂਦਾ ਆ, ਅੰਦਰ ਤਾਂ ਚੱਲਾਂ ਭੋਗ ਤੇ ਚੱਲਾਂ, ਕੁੜ ਤਾਂ ਇੱਥੇ ਰੱਖ ਗਿਆ। ਸਾਡਾ ਪਿੰਡ ਵੀ ਇੱਦਾਂ ਦਾ ਹੋਇਆ, ਚਾਬੀ ਵਿੱਚ ਛੱਡ ਚੱਲਾਂ। ਤੈਨੂੰ ਪਤਾ ਹੀ ਆ ਆਪਣੇ ਪਿੰਡ ਦਾ ਪ੍ਰਸਿੱਧ ਤਾਂ ਕੀ ਆ, ਸਾਰਾ ਕੁਝ ਲਾ ਕੇ ਲੈ ਜਾਂਦੇ ਆ। ਛੱਡ ਗਿਆ ਲਾਦੋ ਆ ਲਾਲਾ ਜੀ ਦੀ ਦੁਕਾਨ ਤੇ, ਮਾੜਾ ਕਿੱਦਾਂ ਰੋਕ ਮਾੜੀ ਗੱਲ ਕਹਿਣੀ ਲਾਲਾ ਜੀ ਨੂੰ। ਲਾਲਾ ਜੀ ਕਿੱਦਾਂ ਹਾਲ ਚਾਲ, ਠੀਕ ਠਾਕ ਆ ਜੀ? ਹੈਲੋ ਕਰਦੇ ਮੇਰਾ ਭਰਾ, ਟੱਟੀ ਵਾਲਾ ਡੱਬਾ ਲਿਆ ਲੋ, ਨਿਆਣੇ ਕਹਿੰਦੇ ਹੁੰਦੇ ਸੀ ਨਾ। ਕੈਮਰੇ ਪਹਿਲੇ ਹੀ ਆਨ ਕੀਤੇ ਹੋਏ ਵੀਰ, ਉਹਨਾਂ ਨੇ ਵੀ ਮਿਲਣਾ ਇਹ ਲੱਗਦਾ। ਕਿਆ ਬਾਤ ਆ, ਸਕੂਟਰੀ ਗੈਂਗ। ਹੋਰ ਵੀਰੇ ਕਿੱਥੋਂ ਆਏ? ਆਪਾਂ ਲੋਕਲ ਹੀ ਆ ਭਾਈ, ਉਹਨਾਂ ਨੂੰ ਮਿਲੇ ਚੰਗੇ। ਲੋਕਲ ਕਿੱਥੋਂ? ਦੇਖ ਲਾਂਦੇ ਬਹੁਤ ਨੱਖਾ ਲੱਗਾ ਇਹ ਭਰਾ ਆਪਾਂ ਨੂੰ ਮਿਲਣਾ ਆ।
हालत मंदी लगती वीर दी। कच्छा कच्छा ना पाया करो जो लत्ता इन्नी अच्छा सुत्ता साला जीन दा कच्छा पाके सी। अच्छा जीन दा कच्छा पाके सुत्ता है ना तू भी झूठ बोली जाना। अच्छा फिर मूवी देखने बंदा सुत्ता उठ के तो नहीं होता। तेरा नाम मैनू भूल गया की ना है? साहिल। होर मैं तेन तो मैं मैसोपुरी ही कहना ना। हाँ बस ठीक है। होर चाह छको फिर मेरा भरा एनका तू ला दे तितली तितली पापा की परी उड़ गई हुण हॉर्न मारिया स्टार कितना मारदा दे सण नीड़ा कोलो आना कोले आना पापा की परी है ये पिछे आउंदा दिखा। हां उत्थे ओ तेरी भैण नु कूणी मार के दिखाउणा सी ढिड पंता। चल एड्डा वड्डा ढिड है इत्थे केड़ा पता लगना। असाम जिथे आ जिथे सेंकिया ना हां इत्थे सामने कुछ आ गया ओरे। हां हां इधर रुकदी होंदिया ओए 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 एक दिन मैं वीडियो पाई सी मैं कहता सगा के आप पेंचू उन्होंने वीडियो नहीं बनानी आ पेंचू गल सुन पेंचू इधर उदन मैं कहा चल मैं कहना वीडियो च कहता सगा कि मैं पेंचू ने वीडियो नहीं बनानी है मैं नशा करते बेचारे तो यह गुस्सा कर रहा कहना भाजी यही कदों नशा करी का इन्हें गुस्सा किया इस गल का। चलो देख लिया भरा उस दिन मेरे को गलती हो गई मुंडा नशा नहीं करता नहीं करता ਕੋਈ ਚੱਲ ਮਾੜੀ ਮੋਟੀ ਨੀਂਦ ਦੀ ਗੋਲੀ ਤਾਂ ਖਾਣੀ ਪੈਂਦੀ ਉਹ ਵੱਖਰੀ ਗੱਲ ਉਹ ਵੱਖਰੀ ਗੱਲ ਹੈ ਭਰਾ ਉਦਾਂ ਉਦਾਂ ਕੋਈ ਚੱਕਰ ਨਹੀਂ ਇਸ ਲਈ ਮੈਂ ਖੇਮਾ ਤਾਂ ਜਾ ਚੁੱਕਿਆ ਬਸ ਕੁਛ ਨੀ ਇਹੀ ਕਹਿਣਾ ਅਲਾਮਾ ਦੇਣਾ ਨਹੀਂ ਨਹੀਂ ਕੁਛ ਨੀ ਫੇਰ ਮੈਂ ਦੱਸ ਦਵਾਂ ਕੋਈ ਏਦਾਂ ਦਾ ਚੱਕਰ ਨੀ ਗਾ चल बाय कर यार सारे कह दे तू कह चैनल सबसक्राइब कर लो चैनल मुंडे ने किन्नी कोशिश की हुण सबसक्राइब कर लियो फिर कर लियो ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਲਾਈਕ ਤੇ ਸ਼ੇਅਰ ਕਰ ਦਿਓ ਕਾਹਨੂੰ ਵੀਡੀਓ ਨੂੰ ਤੇ ਚੈਨਲ ਨੂੰ ਕੀ ਕਰਨਾ ਸਬਸਕ੍ਰਾਈਬ ਕਾਹਨੂੰ ਕਰਨਾ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬ ਲਿਓ ਹਾਂ ਕਾਹਨੂੰ ਕਰਨਾ ਲਾਈਕ ਸਬਸਕ੍ਰਾਈਬ ਕਿਹੜੇ ਨੂੰ ਵੀਡੀਓ ਨੂੰ ਨਹੀਂ ਉਹ ਕਾਤੇ ਵੀਡੀਓ ਚੈਨਲ ਕਿ ਉਹ ਤਾਂ ਕਹਦੇ ਵੀਡੀਓ ਚੱਲਣ ਮੈਂ ਤੋ ਕਾ ਚੈਨਲ ਫੇ ਇੱਕ ਵਾਰ ਮੈਨੂੰ ਲਾਸਟ ਵਾਰ ਕਹਿਣਾ ਹਾਂ ਚੱਲਣ ਜੋ ਵੀ ਆਪਣਾ ਬਾਕੀ ਇੱਕ ਗੱਲ ਆ ਮੁੰਡਾ ਸਾਡਾ ਸ਼ੁੱਧ ਵੈਸ਼ਨੂ ਆ ਸ਼ੁੱਧ ਵੈਸ਼ਨੂ ਮਤਲਬ ਸ਼ੁੱਧ ਵੈਸ਼ਨੂ ਚੱਲ ਬਾਏ ਕਰਦੇ ਹੁਣ ਬਾਏ ਓਕੇ ਬੈਠਾ ਦੇ ਆ ਯਾਰ ਤੂੰ ਰਾਤੀ ਗਿਆ ਆ ਮੇਰਾ ਫੋਨ ਰਿਕਾਰਡਿੰਗ ਆ ਆ ਨਹੀਂ ਤੁਹਾਨੂੰ ਕਹਿ ਰਹਿਣਾ ਸੀ ਯਾਰ ਤੂੰ ਕਿਹਾ ਮੈਂ ਪਿੰਡ ਆਉਣ ਲੱਗਾ ਤੂੰ ਘਰੇ ਰਹੀ ਕੋਈ ਚੱਕਰ ਆ ਬਸ ਕਰ ਸਾਲਿਆ ਬੈਂਸੀ ਚੱਲ ਬਸ ਕਰ ਮੇਰਾ ਅੱਧੇ ਘੰਟੇ ਤੱਕ ਆ ਜਾਈ ਮੇਰਾ ਭਰਾ ਮਿਲ ਲਈ ਹਾਂ ਮੈਂ ਥੋੜ੍ਹਾ ਭਾਜੀ ਕਹਿੰਦਾ ਬੀਜੀ ਆ ਨਾਤਾ ਨਹੀਂ ਹੋਇਆ ਤਾਂ ਬਸ ਇਹ ਤੂੰ ਹੀ ਵਰਤਨੇ ਆ ਸਾਲਿਆ ਇਹ 200 ਪੰਪ ਤੱਕ ਪੂਰੇ ਹੁੰਦੇ ਤੂੰ ਤਾਂ 80 ਤਾਂ ਤੂੰ ਪਾ ਲੈ ਇੱਕ ਵਾਰ ਚ ਘਰੇ ਹੀ ਸੀਗੇ ਗੱਲ ਕਿਹੜੀ ਗੱਲ ਇਹ ਮੈਂ ਕਿਹਾ ਤੇਰਾ ਰੰਗ ਬੜਾ ਗੋਰਾ ਹੋਇਆ ਆ
ਰੰਗ ਬਸ ਆਹੀ ਭਾਜੀ ਗੋਰਾ ਹੋਇਆ ਤਾਂ ਠੀਕ ਆ, ਜੇ ਥੋੜਾ ਬਲੈਕ ਐਂਡ ਵਾਈਟ ਹੋਇਆ ਪੈਰਾਂ ਪਰ ਬਹਿ ਕੇ ਟਰਾਈ ਤਾਂ ਕਰ। ਪਹਿਲੋ ਦੱਸ ਤੂੰ ਪਿੰਡ ਵਾਲੇ ਬਾਰੇ ਦੱਸ ਪੈਂਚੂ, ਕਿਤੇ ਪਿੰਡ ਵਾਲੇ ਦਾ ਤੂੰ ਵੇਖ ਲਾ ਕਿਸੇ ਨੇ ਛਡਾ ਕੇ ਨੀ ਲਿਆਉਣਾ ਪਿੱਛੇ ਵੀ ਨੀ ਜਾ। ਭਾਜੀ ਨੇ ਪਹਿਲੋ ਕੀ ਕਿਹਾ ਚਲੋ ਚੁੱਪ ਕਰ, ਹੁਣ ਗੱਲ ਸ਼ੇਰੋ ਸ਼ਾਇਰੀ ਸੁਣ ਲੈਂਦੇ। ਅੱਗੇ ਸ਼ੇਰੋ ਸ਼ਾਇਰੀ ਤੂੰ ਹੀ ਕਰਦਾ ਸਾਲੇ, ਹਾਂ ਵਾਹ ਵਾਹ ਕਰਦੀ ਚੱਲ ਇੰਨੇ ਬਹੁਤ। ਸ਼ੇਰੋ ਸ਼ਾਇਰੀ ਹੰਦੀ ਹੈ, ਚੱਲ ਸੁਣਾ ਯਾਰ। ਮਾੜਾ ਕੈਮਰੇ ਵਾਲ ਦੇਖੋ, ਤੁਹਾਨੂੰ ਗੱਲ ਪੁੱਛਣੀ ਸੀ। ਉਹ ਗੱਲ ਦੱਸੋ, ਚਲੋ ਬਾਦਲ ਪਿੰਡ ਗਏ ਤੁਸੀਂ, ਇਹ ਬਲੌਗ ਬਣ ਰਿਹਾ, ਹਾਂ ਹੁਣ ਜਦੋਂ ਗਏ ਗੱਲ ਪੂਰੀ ਨੀ ਦੱਸਣੀ ਮੈਂ, ਇਹਦਾ ਐਂਡ ਨੀ ਹੋਣਾ ਗੱਲ ਦਾ ਕੋਈ ਵੀ, ਗੱਲਾਂ ਹੋਰ ਸੀਗੀਆਂ। ਮੈਂ ਗਿਆ ਤੇ ਆਪਣਾ ਫੋਨ ਆਇਆ ਮੈਨੂੰ ਭਾ ਸੁੱਖੀ ਦਾ, ਸੁੱਖੀ ਭਾ ਕੋਣ? ਅੱਛਾ ਸੁਖਵੀਰ ਸਿੰਘ ਬਾਦਲ ਜੀ। ਅੱਛਾ ਸੁੱਖੀ ਭਾ ਦਾ ਫੋਨ ਆਇਆ ਵੀ ਕਿੱਥੇ ਆ ਗੁਰਿੰਦਰ ਭਾ, ਮੈਂ ਕਿਹਾ ਇੱਥੇ ਆ ਜੀ। ਅੱਛਾ ਤੁਹਾਨੂੰ ਪਤਾ ਹੀ ਆ, ਮੈਂ ਕਿਹਾ ਇੱਥੇ ਆ ਵੀਰ, ਕਹਿੰਦੇ ਵੀ ਛੋਟੇ ਵੀਰ ਜਿੱਦਾਂ ਵੀ, ਮੈਂ ਕਿਹਾ ਵੀ ਮੈਂ ਕਹਿੰਦੇ ਆ ਇੱਥੇ ਵੀ ਛੇਤੀ ਆ ਜਾਓ ਭਾਈ, ਮੈਨੂੰ ਚੱਕਰ ਪੈ ਗਿਆ, ਮੈਂ ਕਿਹਾ ਪਤਾ ਨੀ ਕੀ ਹੋਇਆ। ਮੈਂ ਭਰਾਵਾ ਤੂੰ ਘਰੇ ਵੱਜਿਆ ਹੋਣਾ ਜਾ ਕੇ, ਸਿੱਧਾ ਗਿਆ ਜਦੋਂ ਮੈਂ ਗਿਆ ਨਾ ਉੱਥੇ, ਮੈਂ ਜਦੋਂ ਗਿਆ ਬਾਬਾ ਜੀ, ਮੈਂ ਕਿਹਾ ਉੱਥੇ ਪਹਿਲਾਂ ਤਾਂ ਤੁਹਾਨੂੰ ਦੱਸਿਆ ਸਿੱਧੂ ਬੈਠਾ ਸੀ ਨਵਜੋਤ, ਸਿੱਧੂ ਸ਼ਾਹ ਬੈਠੇ, ਸ਼ੂਪ ਪੀਣ ਡੇ ਉੱਥੇ, ਉੱਥੇ ਸ਼ੂਪ ਪੀਂਦੇ, ਸ਼ੂਪ ਪੀਣ ਡੇ, ਹਾਂ ਗਰਮ ਗਰਮ ਸ਼ੂਪ, ਸਿੱਧੂ ਸ਼ਾਹ ਟੋਕੋ ਤਾਲੀ ਕੀ ਕਰ ਛੱਡਿਆ ਤੁਸੀਂ। ਅੱਛਾ ਮੈਨੂੰ ਕਹਿੰਦੇ ਹਾਂ ਮੇਰੀ ਗੱਡੀ ਖਰਾਬ ਹੋ ਗਈ ਸੀ ਤੇ ਮੈਂ ਨਿਕਲਿਆ ਸੀ ਗੱਡੀ ਲੈ ਕੇ ਤੇ ਗੱਡੀ ਖਰਾਬ ਹੋਈ ਤੇ ਮੈਨੂੰ ਵਿਕਰਮ ਆਇਆ ਮੈਨੂੰ ਗੱਡੀ 'ਚ ਬਿਠਾ ਕੇ ਇੱਥੇ ਲੈ ਆਇਆ, ਬਸ ਸ਼ਿਰੋ ਸ਼ਰੀ। ਅੱਛਾ ਮਜੀਠੀਆ ਸਾਹਿਬ ਬਿਠਾ ਕੇ ਲੈ ਆਏ ਸੀ, ਮਤਲਬ ਉਹਨਾਂ ਆਏ ਠੀਕ ਹੈ, ਹੋਰ ਤਾਂ ਨਹੀਂ ਉੱਥੇ ਬੈਠਾ ਹੀ ਹੋਰ। ਗੱਲ ਤਾਂ ਸੁਣੋ, ਜਦੋਂ ਮੈਂ ਗਾਂ ਬੈਠਾ ਮਜੀਠੀਆ ਸਾਹਿਬ ਬੈਠੇ ਸੀਗੇ ਪਰੇ, ਮੈਨੂੰ ਛੱਡੋ ਜੀ ਤੁਸੀਂ ਉੱਧਰ ਦੇਖੋ, ਕਹਿੰਦਾ ਪਰੇ ਕੌਣ ਬੈਠਾ, ਮੈਂ ਕੌਣ, ਆਪਣੇ ਕੈਪਟਨ ਸਾਹਿਬ ਉਹ ਵੀ ਬੈਠੇ ਸੀ, ਕਹਿੰਦੇ ਅੱਜ ਮੈਂ ਨਿਕਲਿਆ 4:30 ਸਾਲਾਂ ਬਾਅਦ ਘਰੋਂ, ਮੈਂ ਚੱਲਾਂ ਬਾਬੇ ਸਰਦਾਰ ਸਾਹਿਬ ਨੂੰ ਹੁਣ ਦਵਾਈ ਦਵਾਉਣ ਜਾਣੀ ਆ, ਕਿੰਨਾ ਚਿਰ ਹੋ ਗਿਆ ਸਰਦਾਰ ਸਾਹਿਬ ਸਾਡੀ ਗਾਲਾਂ ਚੱਜ ਨਾਲ ਨੀ ਕੱਢਦੇ, ਚੱਲੀਏ ਠੀਕ ਹੈ ਨਾ, ਮੈਨੂੰ ਤੰਗ ਨਾ ਕਰ, ਤੰਗ ਥੋੜਾ ਚਲੋ ਕੈਮਰੇ ਲੈ ਖੜ ਜਾਂਦੇ ਇਹ ਬੰਦੇ ਵਾਲੀ ਗੱਲ ਆ, ਆਪਣੇ ਘਰ ਬਣਾਈ ਜਾਂਦੇ ਬੂਟੇ ਗੱਡੀਆਂ ਭੰਨੀ ਜਾਂਦੇ ਕਦੀ ਕੁਛ ਕਰੀ ਜਾਂਦੇ, ਇਹ ਬੰਦਿਆਂ ਵਾਲੀ ਗੱਲ ਸੁਣੋ, ਆਹੀ ਕੁਛ ਹੀ ਸੁਣਨਾ ਸੀ। ਆਜੋ ਆਜੋ ਹੋਰ ਆਪਾਂ ਫਿਰ ਦਵਾਈ ਲੈ ਆਉਣੇ ਹਨਾ ਅੱਜ, ਉਹ ਲੈ ਬਣਾਵਾਂ ਤਾਂ ਕਿਹਾ ਤੂੰ ਤੰਗ ਨਾ ਕਰੋ, ਤੁਸੀਂ ਤੰਗ ਤੁਸੀਂ ਕਿੱਥੋਂ ਤੰਗ ਐਵੇਂ ਜਾਣ ਕੇ ਕਰੀ ਜਾਂਦੇ ਲੋਕਾਂ ਨੂੰ ਕਹਿਣ ਡੇ ਕੇ, ਮਤਲਬ ਤੰਗ ਤੁਸੀਂ ਮਿੱਤ ਤਾਂ ਨੀ ਗਏ, ਜੁਗਾੜ ਮਿਲਦਾ ਨੀ ਵਧੀਆ ਨੀ ਮਿਲਦਾ ਖਾਣ ਵਾਲਾ ਕਹਿੰਦੇ ਵਧੀਆ ਨੀ ਮਿਲਦਾ, ਖਰਾ ਨੀ ਮਿਲਦਾ। ਚਲੋ ਆਜੋ ਸ਼ਹਿਰ ਜਾਂਦੇ ਆ, ਗਾਲਾਂ ਗੂਲਾਂ ਖਾਂਦੇ ਆ, ਫਿਰ ਦਿਖਾਉਣੇ ਵੀਡੀਓ ਤੁਹਾਨੂੰ। ਅੱਛਾ ਫਿਲਮਾਂ ਕਿੱਥੋਂ ਬਣਾਉਂਦੇ ਆ, ਕਿਹੜੀਆਂ ਫਿਲਮਾਂ ਦੂਜੀਆਂ ਫਿਲਮਾਂ ਤਾਂ ਦੂਜੀਆਂ ਹੁੰਦੀਆਂ, ਇਹ ਤਾਂ ਬਲੌਗ ਆ, ਇਹ ਤਾਂ ਬਲੌਗ ਆ। ਬਾਕੀ ਸਰਦਾਰ ਜੀ ਜਿੱਦਾਂ ਤੁਸੀਂ ਦੇਖਦੇ ਆ ਬਣਾਉਂਦੇ ਆ ਨਾ,
ਦੂਜਿਆਂ ਦੀਆਂ ਇਹ ਉਦਾਂ ਹੀ ਮੈਸੇਜ ਬਸ ਹਾਂ ਤੁਸੀਂ ਦੇਖਦੇ ਨੇ ਲੋਕਾਂ ਦੇ ਬਲੌਗ ਲੋਕਾਂ ਦੇ ਮੈਨੂੰ ਸੈਂਡ ਕਰਦੇ ਹੁੰਦੇ ਆ ਹਾਂ ਲੋਕਾਂ ਦੇ ਬਲੌਗ ਤੁਸੀਂ ਦੇਖਦੇ ਵੀ ਆ ਤੇ ਲੋਕਾਂ ਦੇ ਤੁਸੀਂ ਲਾਈਕ ਵੀ ਕਰਦੇ ਆ ਉਹ ਟੁੱਟੇ ਟੁੱਟੇ ਜਿਹੇ ਬਲੌਗ ਜਿਹੜੇ ਲੋਕਾਂ ਨੇ ਦੇਖਦੇ ਆ ਉਦੋਂ 100 ਗੁਣਾ ਵਧੀਆ ਮੈਂ ਬਣਾਉਣਾ ਦੇਖਿਆ ਕਰੋ ਇਸੇ ਕਰਕੇ ਤੁਹਾਨੂੰ ਦਿਖਾਇਆ ਕਰੂੰਗਾ ਤੁਹਾਨੂੰ ਮੈਂ ਭੇਜ ਦਿਆ ਕਰੂੰ ਆਪਾਂ ਕਿਹੜਾ ਗਾਲਾਂ ਯੂਜ਼ ਕਰੀ ਦੀਆਂ ਦੇਖ ਲਓ ਸਾਡੇ ਪਿੰਡ ਦੀਆਂ ਸੜਕਾਂ ਦੇ ਹਾਲ ਸਾਡੇ ਪਿੰਡ ਸ਼ਹਿਰ ਦੇ ਵਿੱਚ ਆ ਉਹ ਹਾਂ ਉਦਾਂ ਸ਼ਹਿਰ ਦੇ ਵਿੱਚ ਆ ਉਹ ਤਾਂ ਸਾਰਿਆਂ ਨੂੰ ਪਤਾ ਆ ਪਰ ਥਾਂ ਥਾਂ ਦਿਸਦੇ ਖੱਡੇ ਭਾਵੇਂ ਸੜਕਾਂ ਭੀੜੀਆਂ ਨੇ ਪਰ ਯਾਰਾਂ ਦੇ ਦਿਲ ਵੱਡੇ ਉਹ ਪੂਜਾ ਕਿਵੇਂ ਆ ਕੀ ਕਰਦੀ ਸੀ ਟੱਟੀ ਕਰਦੀ ਸੀ ਕਰ ਲਾਂਦੇ ਇਹਨੂੰ ਤੂੰ ਵਿੱਚ ਹੀ ਬੋਲੀ ਜਾਈ ਆਪਾਂ ਹਸਪਤਾਲ ਗਏ ਆ ਤੇ ਗੱਡੀ ਮੈਂ ਸਾਈਡ 'ਤੇ ਲਾ ਲਵਾਂ ਫਿਰ ਦਵਾਈ ਦਵਾ ਲਈਏ ਸਰਦਾਰ ਸਾਹਿਬ ਨੂੰ ਫਿਰ ਗਾਲਾਂ ਖਾਂਦੇ ਹਾਂ ਗਾਲਾਂ ਪੂਰੀਆਂ ਪ੍ਰੋਪਰ ਕੱਢਦੇ ਨਹੀਂ ਨਾ ਹਲੇ ਦਵਾਈ ਲੈ ਕੇ ਅਸੀਂ ਆ ਗਏ ਹਾਂ ਅਤੇ ਰਸ਼ ਦੇਖੋ ਇੱਕ ਵਾਰ ਅਤੇ ਪਿੰਡ ਦੇ ਲੱਗ ਗਈ ਹਾਂ ਪਿੰਡ ਜਾ ਕੇ ਕਰਦੇ ਹਾਂ ਗੱਲ ਜ਼ਰੂਰੀ ਗੱਲ ਇੱਕ ਤਾਂ ਨਾ ਕਰਨੀ ਆ ਘਰ ਜਾ ਕੇ ਗੱਲ ਕਰਦੇ ਹਾਂ ਤਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬੱਲਾ 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 ਬਾਬੇ ਫੋਲੜੀ ਵਾਲ ਪਹੁੰਚਣ 'ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਸੀ ਸਵਾਗਤ ਆ ਖੱਡੇ ਕਰ ਰਹੇ ਆ ਸਵਾਗਤ ਆ ਟੋਏ ਕਰ ਰਿਹਾ ਸਾਡਾ ਠੀਕ ਹੈ ਜੀ ਆ ਪਾਣੀ ਨਾਲ ਭਰੇ ਹੋਏ ਟੋਏ ਮਤਲਬ ਸਾਡੇ ਪਿੰਡ ਕਿਤੇ ਵੀ ਆ ਜਾਓ ਤੁਹਾਨੂੰ ਆਹ ਹੀ ਚੀਜ਼ਾਂ ਮਿਲਣਗੀਆਂ ਭਾਵੇਂ ਸ਼ਹਿਰ ਦੇ ਵਿੱਚ ਪੈਂਦਾ ਪਿੰਡ ਭਾਵੇਂ ਜਲੰਧਰ ਜ਼ਿਲ੍ਹੇ ਦੀ ਕਰੀਮ ਹੈ ਇਹ ਪਿੰਡ ਪਰ ਕੀ ਕਰੀਏ ਕਰੀਮ ਹੁਣ ਪਿਘਲ ਚੁੱਕੀ ਆ ਕਰੀਮ 'ਚ ਖੱਡੇ ਕਰੀਮ 'ਚ ਟੋਏ ਕਰੀਮ 'ਚ ਭੈ ਪਤਾ ਨਹੀਂ ਕੀ ਚਲੋ ਬਾਅਦ 'ਚ ਮਿਲਦੇ ਡਾਰਲਿੰਗ ਕੀ ਬਾਬੇ ਗੱਲਾਂ ਤਾਂ ਨਾ ਬਹੁਤ ਕਰਨੀਆਂ ਸੀਗੀਆਂ ਪਰ ਮੈਂ ਹੋਸਪਿਟਲ ਗਿਆ ਉੱਥੇ ਮੂਡ ਜਿਹਾ ਥੋੜ੍ਹਾ ਜਿਹਾ ਅਪਸੈਟ ਜਿਹਾ ਹੋ ਗਿਆ ਅਤੇ ਕੋਈ ਗੱਲ ਕਰਨ ਨੂੰ ਜੀ ਨਹੀਂ ਕੀਤਾ ਜੇ ਬਲੌਗ ਵਧੀਆ ਲੱਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਬਾਈ ਇੱਕ ਚੀਜ਼ ਦਿਖਾਉਣਾ ਮੈਂ ਤੁਹਾਨੂੰ ਰੋਕੋ ਅਤੇ ਅੱਜ ਉੱਦਾਂ ਹੀ ਇੱਦਾਂ ਦਾ ਬਲੌਗ ਪਾ ਦਿੱਤਾ ਕਿਉਂ ਮੂਡ ਜਿਹਾ ਸਹੀ ਨਹੀਂ ਸੀਗਾ ਗਾਂ ਤਾਂ ਵਧੀਆ ਆਊਗਾ ਹੋਪ ਤੁਹਾਨੂੰ ਇਹ ਵੀ ਪਸੰਦ ਆਇਆ ਹੋਵੇ ਚਲੋ ਜੇ ਨਹੀਂ ਵੀ ਪਸੰਦ ਆਇਆ ਲਾਈਕ ਕਰ ਦਿਓ ਮਿਹਰਬਾਨੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਹਰ ਕਾਹ 'ਤੇ ਤੂੰ ਕਿਉਂ ਭੌਂਕੀ ਜਾਂਦਾ ਮੈਂ ਅੰਦਰ ਭੌਂਕਣ ਡਿਆ ਹਾਂ